ਫਿਰ ਕਾਲ ਪਿਆਰੀ ਬੱਚਿਓ ਬੱਚਿਓ ਸਵਾਗਤ ਹੈ ਵੀਡੀਓ ਵਿੱਚ ਤੇ ਅੱਜ ਆਪਾਂ ਕਰਾਂਗੇ ਪੈਰਾ ਰਚਨਾ ਜਿਸ ਦਾ ਵਿਸ਼ਾ ਹੈ ਜੀਵਨ ਸੇਧ ਜੀਵਨ ਸੇਧ ਬਾਰੇ ਆਪਾਂ ਜਾਣਾਂਗੇ ਕਿ ਜੀਵਨ ਵਿੱਚ ਸਾਨੂੰ ਕਿਸ ਤਰ੍ਹਾਂ ਦੀ ਸੇਧ ਜਿਹੜੀ ਹੈ ਲੈਣੀ ਚਾਹੀਦੀ ਹੈ ਤੇ ਇਹ ਵਿਸ਼ਾ ਹੈ 12ਵੀਂ ਜਮਾਤਾਂ ਜੋ ਕਿ ਇਹਨਾਂ ਨੂੰ ਪੇਪਰ ਵਿੱਚ ਆਏਗਾ ਪੈਰਾ ਰਚਨਾ 10 ਅੰਕਾਂ ਦੀ ਤੇ ਆਓ ਸ਼ੁਰੂ ਕਰਦੇ ਹਾਂ ਜੀਵਨ ਸੇਧ ਜੀਵਨ ਦੇ ਵੱਖ-ਵੱਖ ਖੇਤਰਾਂ ਵਿੱਚ ਵਿਚਰਦਿਆਂ ਸਾਨੂੰ ਦੂਸਰਿਆਂ ਤੋਂ ਕਈ ਤਰ੍ਹਾਂ ਦੀ ਅਗਵਾਈ अथवा ਸੇਧ ਲੈਣੀ ਪੈਂਦੀ ਹੈ ਕਿਸੇ ਖੇਤਰ ਵਿੱਚ ਸਾਡੇ ਤੋਂ ਪਹਿਲਾਂ ਕੰਮ ਕਰ ਰਹੇ ਲੋਕਾਂ ਕੋਲ ਸਾਡੇ ਨਾਲੋਂ ਵੱਧ ਜ਼ਰਬਾ ਹੁੰਦਾ ਹੈ ਅਤੇ ਉਹ ਸਾਡੀ ਅਗਵਾਈ ਕਰ ਰਹੇ ਕਰ ਸਕਦੇ ਹਨ अथवा ਸੰਬੰਧਿਤ ਖੇਤਰ ਵਿੱਚ ਸਾਨੂੰ ਸੇਧ ਦੇ ਸਕਦੇ ਹਨ ਮਹਾਨ ਵਿਅਕਤੀਆਂ ਦੇ ਜੀਵਨ ਤੋਂ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ ਅਤੇ ਉਹਨਾਂ ਤੋਂ ਸਿੱਧਵੀ ਪ੍ਰਾਪਤ ਕਰ ਸਕਦੇ ਹਨ ਇਸੇ ਉਦੇਸ਼ ਨਾਲ ਅਖਬਾਰਾਂ ਅਤੇ ਰਸਾਲਿਆਂ ਵਿੱਚ ਮਹਾਨ ਸ਼ਖਸੀਅਤਾਂ ਬਾਰੇ ਜਾਣਕਾਰੀ ਪ੍ਰਕਾਸ਼ਿਤ ਕੀਤੀ ਜਾਂਦੀ ਹੈ ਦੂਰਦਰਸ਼ਨ ਤੇ ਮਹਾਨ ਸ਼ਖਸੀਅਤਾਂ ਨਾਲ ਮੁਲਾਕਾਤਾਂ ਵੀ ਇਸੇ ਉਦੇਸ਼ ਨਾਲ ਦਿਖਾਈਆਂ ਜਾਂਦੀਆਂ ਹਨ ਪਰ ਕੁਝ ਲੋਕ ਸਮਝਦੇ ਹਨ ਕਿ ਉਹਨਾਂ ਨੂੰ ਦੂਜਿਆਂ ਦੇ ਗਿਆਨ ਅਤੇ ਤਜਰਬੇ ਦੀ ਲੋੜ ਨਹੀਂ ਇਹ ਵਿਚਾਰਧਾਰਾ ਠੀਕ ਨਹੀਂ ਤੇ ਦੂਸਰਿਆਂ ਤੋਂ ਕੋਈ ਗੱਲ ਸਿੱਖਣੀ ਮਾੜੀ ਨਹੀਂ ਬਚਪਨ ਵਿੱਚ ਮਾਪੇ ਅਤੇ ਬਾਅਦ ਵਿੱਚ ਸਾਡੇ ਅਧਿਆਪਕ ਸਾਨੂੰ ਬਹੁਤ ਕੁਝ ਸਿਖਾਉਂਦੇ ਹਨ ਬਜ਼ੁਰਗ ਸਾਡੀ ਸਾਨੂੰ ਸਾਡੀਆਂ ਸਮਾਜਿਕ ਰੀਤਾਂ ਬਾਰੇ ਜਾਣਕਾਰੀ ਦਿੰਦੇ ਹਨ ਪਰ ਸਾਡੇ ਜੀਵਨ ਵਿੱਚ ਇੱਕ ਅਜਿਹਾ ਸਮਾਂ ਵੀ ਆਉਂਦਾ ਹੈ ਜਦ ਸਾਨੂੰ ਆਪਣੀ ਯਤਨਾ ਨਾਲ ਜੀਵਨ ਸੇਧ ਪ੍ਰਾਪਤ ਕਰਨੀ ਪੈਂਦੀ ਹੈ ਕਿਸੇ ਖਾਸ ਕਿਸਮ ਦੇ ਹਾਲਾਤ ਵਿੱਚ ਕੋਈ ਮਨੁੱਖ ਕੀ ਕਰਨ ਦੇ ਸਮਰੱਥ ਹੈ ਅਤੇ ਇਹਨਾਂ ਹਾਲਾ ਇਹਨਾਂ ਹਾਲਾਤ ਵਿੱਚ ਉਸ ਨੂੰ ਕੀ ਕਰਨਾ ਚਾਹੀਦਾ ਹੈ ਇਸ ਦਾ ਫੈਸਲਾ ਤਾਂ ਮਨੁੱਖ ਆਪ ਹੀ ਕਰ ਸਕਦਾ ਹੈ ਦੂਸਰਾ ਤਾਂ ਸਲਾਹ ਲੈ ਲਈ ਜਾ ਸਕਦੀ ਹੈ ਪਰ ਆਪਣਾ ਰਸਤਾ ਤਾਂ ਆਪ ਹੀ ਚੁਣਨਾ ਪੈਂਦਾ ਹੈ ਇਸ ਤਰ੍ਹਾਂ ਮਨੁੱਖ ਨੂੰ ਆਪਣੀ ਜੀਵਨ ਸੇਧ ਆਪ ਪ੍ਰਾਪਤ ਕਰਨੀ ਪੈਂਦੀ ਹੈ ਤਾਂ ਬੱਚਿਓ ਇਹ ਸੀ ਆਪਣਾ ਪੈਰਾ ਜੀਵਨ ਸੇਧ ਜੋ ਵਿਸ਼ਾ ਹੈ ਉਸਦੇ ਉਤਯੋਗਾ ਅਧਾਰਿਤ ਹੈ ਕਿ ਜੀਵਨ ਸੇਦ ਅਸੀਂ ਜੀਵਨ ਵਿੱਚ ਕਿੱਦਾਂ ਲੈ ਸਕਦੇ ਹਾਂ ਇਸ ਨੂੰ ਅਸੀਂ ਮੋਟੀਵੇਸ਼ਨ ਵੀ ਕਹਿ ਸਕਦੇ ਹਾਂ ਇੰਗਲਿਸ਼ ਵਿੱਚ ਵੀ ਕਿਸੇ ਤੋਂ ਅਸੀਂ ਆਪਣੀ ਜਿਹੜੀ ਪ੍ਰੇਰਣਾ ਹੈ ਉਹ ਕਿੱਦਾਂ ਲੈ ਸਕਦੇ ਹਾਂ ਉਹ ਅਸੀਂ ਜੋ ਇੱਕ ਸਾਡੇ ਆਦਰਸ਼ ਹੁੰਦੇ ਹਨ ਉਹਨਾਂ ਤੋਂ ਹੀ ਪ੍ਰਾਪਤ ਕਰ ਸਕਦੇ ਹਾਂ ਜੋ ਕਿ ਜ਼ਿੰਦਗੀ ਵਿੱਚ ਸਾਨੂੰ ਤਜਰਬੇਕਾਰ ਵਿਅਕਤੀ ਮਿਲਦੇ ਹਨ ਉਹ ਚਾਹੇ ਸਾਡੇ ਮਾਪਿਓ ਚਾਹੇ ਸਾਡੇ ਅਧਿਆਪਕ ਹੀ ਕਿਉਂ ਨਾ ਹੋਣ ਠੀਕ ਹੈ ਜੀ ਉਹਨਾਂ ਤੋਂ ਅਸੀਂ ਇਹ ਜੀਵਨ ਸੇਜ ਜਿਹੜੀ ਹੈ ਉਹ ਪ੍ਰਾਪਤ ਕਰ ਸਕਦੇ ਹਾਂ ਧੰਨਵਾਦ